ਮੈਂ ਸਰਵਣ ਸਿੰਘ ਪੰਧੇਰ ਇਸ ਵੇਲੇ ਝਾਬੂਆ ਮੱਧ ਪ੍ਰਦੇਸ਼ ਤੋਂ ਬੋਲਣ ਡਿਆ ਜੀ। ਕੱਲ੍ਹ ਅਸੀਂ ਝਾਬੂਆ ਦਾਣਾ ਮੰਡੀ 'ਚ ਵੱਡੀ ਇੱਥੋਂ ਦੇ ਕਿਸਾਨਾਂ ਮਜ਼ਦੂਰਾਂ ਦੀ ਮਹਾਂਪੰਚਾਇਤ ਕਰਾਂਗੇ ਔਰ ਜਿਹੜਾ ਸਾਡਾ ਮੋਰਚਾ ਵਾ ਜਿਹੜਾ ਹਰਿਆਣੇ ਦੇ ਬਾਰਡਰਾਂ 'ਤੇ ਉਹਨੂੰ ਚੱਲਦਿਆਂ ਨੂੰ 86 ਦਿਨ ਹੋ ਗਏ, ਰੇਲ ਰੋਕੋ ਲਗਭਗ 21 ਦਿਨ ਹੋ ਗਏ ਸਾਡੇ ਚੱਲਦਿਆਂ ਨੂੰ। ਔਰ ਇਹਦੇ ਨਾਲ ਨਾਲ ਤੁਹਾਨੂੰ ਪਤਾ ਪਿਛਲੇ ਦਿਨੀਂ ਪਿੰਡ ਸ਼ੇਰਾ ਜਿੱਥੇ ਭਾਜਪਾ ਦੀ ਉਮੀਦਵਾਰ ਪਰਨੀਤ ਕੌਰ ਜੀ ਚੋਣ ਵਾਸਤੇ ਗਏ ਸੀਗੇ ਉੱਥੇ ਸੁਰਿੰਦਰ ਪਾਲ ਸਿੰਘ ਜੀ ਜਿਹੜੇ ਸਾਡੇ ਆਗੂ ਸੀਗੇ ਉਹਨਾਂ ਦੀ ਉੱਥੇ ਧੱਕਾ ਮੁੱਕੀ ਗਾਲੀ ਗਲੋਚ ਕਰਕੇ ਸ਼ਹੀਦੀ ਹੋਈ ਸੀ। ਜਿਹਨਾਂ ਦਾ ਪਾਰਥਿਕ ਸਰੀਰ ਰਾਜਪੁਰ 'ਚ ਪਿਆ ਵਾ ਅਤੇ ਜਿਹੜਾ ਉੱਥੇ ਭਾਜਪਾ ਦਾ ਗੁੰਡਾ ਹਰਵਿੰਦਰ ਸਿੰਘ ਹਰਪਾਲਪੁਰਾ ਉੱਤੇ ਪਰਚਾ ਤਾਂ ਹੋ ਗਿਆ, ਉਹਨੂੰ ਹਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਸੋ 2 ਦਿਨ ਦਾ ਅਲਟੀਮੇਟਮ ਜਿਹੜਾ ਉਹ ਖਤਮ ਹੋ ਗਿਆ। ਅੱਜ ਉੱਥੇ ਜਿਹੜਾ ਵਾ ਮਹਾਰਾਣੀ ਪਰਨੀਤ ਕੌਰ ਦੇ ਘਰ ਦੇ ਅੱਗੇ ਪੱਕਾ ਮੋਰਚਾ ਕਿਸਾਨ ਲਾਉਣਗੇ ਵੀ ਇਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ, ਤਾਂ ਹੀ ਪਤਾ ਲੱਗੂ ਭਗਵੰਤ ਮਾਨ ਜੀ ਕਿੰਨੇ ਨਿਰਪੱਖ ਹੈਗੇ ਨੇ। ਹੁਣ ਸਾਡੀ ਦੇਸ਼ ਦੀ ਰਾਜਨੀਤੀ ਦੇਖ ਲਓ, ਪਹਿਲੋਂ ਧਾਰਮਿਕ ਮੁੱਦਾ ਲਿਆ ਕੇ ਇਲੈਕਸ਼ਨਾਂ ਜਿੱਤਣਾ ਚਾਹੁੰਦੇ ਸੀ, ਫਿਰ ਵਿਕਸਿਤ ਭਾਰਤ ਆਇਆ, ਇਹ ਮੁੱਦਾ ਮਾੜਾ ਨਹੀਂ ਸੀ ਹੈਗਾ। ਉਦੋਂ ਬਾਅਦ ਕਹਿੰਦੇ ਆ ਵੈਸ਼ਨੂੰ ਅਤੇ ਗੈਰ ਵੈਸ਼ਨੂੰ ਖਾਣੇ ਦਾ ਰੌਲਾ ਪੈ ਗਿਆ, ਫਿਰ ਮੰਗਲ ਸੂਤਰ ਦਾ ਰੌਲਾ ਪੈ ਗਿਆ ਜੀ। ਹੁਣ ਕਹਿੰਦੇ ਕਿਹਨੂੰ ਆਰਕਸ਼ਣ ਦੇਣਾ ਅਤੇ ਕਿਹਨੂੰ ਨਹੀਂ ਦੇਣਾ, ਵੱਧ ਨਿਆਣਿਆਂ ਦਾ ਰੌਲਾ ਪੈਣ ਡਿਆ ਪਿਆ ਜੀ। ਤੋ ਅਸੀਂ ਕਹਿੰਦੇ ਹਾਂ ਮਾਣਯੋਗ ਪ੍ਰਧਾਨ ਮੰਤਰੀ ਸਾਹਿਬ ਨੂੰ, ਤੁਸੀਂ 10 ਸਾਲ ਕੀਤਾ ਵਾ ਕੰਮ, ਤੁਹਾਨੂੰ ਆਪਣੇ ਕੰਮ 'ਤੇ ਭਰੋਸਾ ਹੋਣਾ ਚਾਹੀਦਾ, ਤੁਸੀਂ ਵਿਕਸਿਤ ਭਾਰਤ ਵਾਲੀ ਗੱਲ ਨਾ ਛੱਡੋ, ਇੱਥੇ ਇਲੈਕਸ਼ਨ ਲੜੋ। ਔਰ ਜੇ ਤੁਸੀਂ ਕਿਤੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਪ੍ਰਵਾਨ ਕੀਤੀਆਂ ਹੁੰਦੀਆਂ ਤਾਂ ਸ਼ਾਇਦ ਆਹ ਮੁਸ਼ਕਲਾਂ ਤੁਹਾਨੂੰ ਨਾ ਆਉਂਦੀਆਂ। ਅਸੀਂ ਉਦੋਂ ਤੱਕ ਸੰਘਰਸ਼ ਕਰਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਔਰ ਤੁਸੀਂ ਦੇਖਿਆ ਹੀ ਆ ਵੀ ਜਿਵੇਂ ਕੱਲ੍ਹ ਹਰਿਆਣੇ ਦੇ ਵਿੱਚ ਐਂ ਨਹੀਂ ਹੈਗੇ ਵੀ 3 ਵਿਧਾਇਕਾਂ ਨੇ ਕਿਤੇ ਸਮਰਥਨ ਵਾਪਸ ਲੈ ਲਿਆ ਜਾਂ ਕਾਂਗਰਸ ਦੀ ਲਹਿਰ ਚੱਲ ਰਹੀ ਆ, ਇਹ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਦੀ ਦੇਣ ਆ ਵੀ ਉਹਨਾਂ ਵਿਧਾਇਕਾਂ ਨੂੰ ਪਤਾ ਲੱਗਾ ਵੀ ਵੋਟ ਕਿਸੇ ਨੇ ਨਹੀਂ ਪਾਉਣੀ ਹੈਗੀ, ਤਾਂ ਉਹਨਾਂ ਦੀ ਅੰਤਰਾਤਮਾ ਜਾਗੀ ਹੋਊਗੀ। ਇਸ ਕਰਕੇ ਹਾਲਾਤ ਜਿਹੜੇ ਨੇ ਉਹ ਠੀਕ ਨਹੀਂ ਹੈਗੇ, ਕਿਉਂਕਿ ਦੇਸ਼ ਦੇ ਕਿਸਾਨ ਮਜ਼ਦੂਰ ਨਾਲ ਧੱਕਾ ਕਰ ਰਹੀ ਮੋਦੀ ਸਰਕਾਰ। ਔਰ ਉਦੋਂ ਤੱਕ ਅੰਦੋਲਨ ਚਲਾਵਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਧੰਨਵਾਦ।